ਇਹ ਜਿਹੜਾ ਮੁਸ਼ਰਕ ਹੈ ਸ਼ਿਰਕ, ਇਹ ਸ਼ਿਰਕ ਦਾ ਮਾਨਾ ਕੀ ਹੈ? ਸ਼ਿਰਕ ਕਿਹਨੂੰ ਆਂਦੇ? ਉਹ ਮੌਲੀ ਸਾਹਿਬ ਨੂੰ ਪੁੱਛਦਾ ਹੈ, ਜੀ ਹਜ਼ਰਤ ਮੈਨੂੰ ਦੱਸੋ ਸ਼ਿਰਕ ਕਿਹਨੂੰ ਆਂਦੇ? ਮੌਲੀ ਸਾਹਿਬ ਆਂਦੇ ਨੇ ਰਾਤ ਰਹਿਣਾ ਹੀ ਕਿ ਜਾਣਾ ਹੀ? ਆਂਦਾ ਨਹੀਂ ਜੀ, ਮੈਂ ਪੈਦਲ ਆਇਆ ਤੇ ਮੈਂ ਰਾਤ ਰਹਿਣਾ। ਮੌਲੀ ਸਾਹਿਬ ਨੇ ਉਸ ਮਹਿਮਾਨ ਦੀ ਮੰਜੀ ਡਾਹ ਦਿੱਤੀ, ਬਾਰੀ ਆ ਗਈ। ਦਰਮਿਆਨ ਚ ਦੀਵਾਰ ਸੀ, ਪਰਲੇ ਪਾਸੇ ਮੌਲੀ ਸਾਹਿਬ ਦੀ ਰਹਿਸ਼ ਸੀ, ਤੇ ਉਹ ਜਿਹੜੀ ਦੀਵਾਰ ਸੀ ਉਹਦੇ ਵਿੱਚ ਬਾਰੀ ਲੱਗੀ ਸੀ। ਉਸ ਬਾਰੀ ਦੇ ਅੱਗੇ ਮੰਜੀ ਡਾਹ ਦਿੱਤੀ। ਮੌਲੀ ਸਾਹਿਬ ਘਰ ਗਏ, ਮਹਿਮਾਨ ਨਾਲ ਗੱਲਾਂ ਛੱਲਾਂ ਕਰਦੇ ਰਹੇ। ਕਹਿਣ ਲੱਗੇ ਵੀ ਸਵੇਰੇ ਜਦੋਂ ਮੈਂ ਫਜਰ ਦੀ ਨਮਾਜ਼ ਪੜ੍ਹਾਉਣੀ ਹੈ ਨਾ, ਸਾਰੇ ਬੰਦੇ ਇਕੱਠੇ ਹੋਏ ਹੁੰਦੇ ਨੇ, ਉਦੋਂ ਪੁੱਛੀ ਜੀ ਸ਼ਿਰਕ ਕਿਹਨੂੰ ਆਉਂਦੇ? ਫਿਰ ਤੈਨੂੰ ਦੱਸਾਂ। ਮੌਲੀ ਸਾਹਿਬ ਘਰ ਗਏ, ਬੀਵੀ ਨੂੰ ਜਾ ਕੇ ਆਉਂਦੇ ਨੇ, ਅੱਲਾ ਅਲੀਏ ਮਹਿਮਾਨ ਆਇਆ ਬੜੀ ਦੂਰੋਂ, ਤੇ ਸਵੇਰੇ ਨਾ ਤੂੰ ਆਟਾ ਗੁੰਨਣਾ ਐਵੇਂ ਅੱਧ ਕੂਪਾ। ਤਵੱਜੋ ਯਾਰ ਮੇਰੇ ਵਾਰ, ਅੱਧ ਕੂਪਾ ਆਟਾ ਗੁੰਨਣਾ, ਉਹਨੂੰ ਪਾਣੀ ਨਹੀਂ ਲਾਣਾ, ਦੇਸੀ ਘਿਓ ਚ ਗੁੰਨਣਾ, ਦੇਸੀ ਘਿਓ ਚ, ਤੇ ਤਲਵਾਂ ਜਿਹਾ ਰੱਖ ਕੇ ਪਰੌਂਠਾ ਬਣਾ ਪਕਾਉਣਾ, ਤੇ ਸੱਤ ਕੁ ਆਂਡੇ ਨਾਲ ਦੇਸੀ ਵੀ ਬਣਾ ਲੈ। ਉਹ ਮੌਲਵੀ ਦੀ ਬੀਵੀ ਕਹਿਣ ਲੱਗੀ, ਕਿਹੜਾ ਮਹਿਮਾਨ ਹੈ ਜਿਹੜਾ ਮੌਲਵੀਆਂ ਦੇ ਘਰੋਂ ਆਂਡੇ ਖਾਣ ਆ ਗਿਆ? ਇਹਨਾਂ ਦੇ ਘਰੋਂ ਤੇ ਕਿਸੇ ਨੂੰ ਬਈ ਲੱਸੀ ਨਾ ਲੱਭੇ, ਆਂਡੇ ਖਾਣ ਆ ਗਿਆ? ਇਹ ਕਿਹੜਾ ਜੇ ਖਾਸ ਮਹਿਮਾਨ ਜਿਹਨੂੰ ਤਲਵੇ ਪਰੌਂਠੇ ਖਵਾਉਣ ਡਏ ਤੇ ਬੜੀ ਤਲਕੀਨ ਕਰਨ ਡਏ? ਉਹਨੇ ਕਿਹਾ ਮਹਿਮਾਨ ਬੜਾ ਖਾਸ ਹੈ, ਬੜੀ ਦੂਰੋਂ ਆਇਆ, ਫਿਰ ਵੀ ਕੀ ਲੈਣ ਆਇਆ? ਮੌਲੀ ਸਾਹਿਬ ਕਹਿਣ ਲੱਗੇ, ਆਇਆ ਮਹਿਮਾਨ ਮੇਰੇ ਵਾਸਤੇ ਇੱਕ ਰਿਸ਼ਤਾ ਲੈ ਲਿਆ, ਵੀ ਇੱਕ ਬੀਬੀ ਬੱਚੀ ਹੈ, ਬੜੀ ਪੜ੍ਹੀ ਲਿਖੀ ਹੈ, ਦੀਨ ਪੜ੍ਹੀ ਹੈ, ਤੇ ਆਲਮਾ ਫਾਜ਼ਲਾ। ਤੇ ਉਹਨੇ ਕਿਹਾ ਮੌਲੀ ਸਾਹਿਬ ਮੈਂ ਤੁਹਾਡੀ ਸ਼ਾਦੀ ਕਰਾਉਣਾ ਚਾਹੁੰਦਾ। ਹੁਣ ਅੱਧੀ ਰਾਤ ਦਾ ਟਾਈਮ ਸੀ, ਮੌਲਵੀ ਦੀ ਬੀਵੀ ਨੇ ਨਾ ਗਾਲਾਂ ਦੀ ਫੈਰੰਗ ਹੀ ਖੋਲ ਦਿੱਤੀ, ਵਿੱਚੇ ਹੀ ਮਹਿਮਾਨ ਨੂੰ ਤੇ ਵਿੱਚੇ ਹੀ ਮੇਜ਼ਬਾਨ। ਹੁਣ ਉਹ ਗਾਲਾਂ ਅੰਦਰ ਕੱਢਦੀ ਜੋ ਬਾਰੀ ਦੇ ਨਾਲ ਹੀ ਮਹਿਮਾਨ ਦੀ ਮੰਜੀ ਸੀ, ਉਹ ਸਾਰੀਆਂ ਸੁਣਦਾ ਹੀ ਤੇ ਕੀ ਹੋਣ ਡਿਆ ਅੰਦਰ? ਉਹ ਜਦੋਂ ਚੁੱਪ ਹੋਣ ਲੱਗੇ ਨਾ, ਮੌਲੀ ਸਾਹਿਬ ਫਿਰ ਕਹਿੰਦਾ, ਕੋ ਨਹੀਂ ਮਹਿਮਾਨ ਹੈ, ਰਿਸ਼ਤਾ ਹੀ ਲੈ ਗਿਆ, ਫਿਰ ਸ਼ੁਰੂ ਹੋ ਜਾਏ। ਖੈਰ ਰਾਤ ਇਸੇ ਕੰਮ 'ਚ ਹੀ ਲੰਘ ਗਈ। ਸੁਬਹ ਅਜ਼ਾਨ ਹੋਈ, ਨਮਾਜ਼ ਪੜ੍ਹਾਈ ਮੌਲੀ ਸਾਹਿਬ। ਉਹ ਜਿਹੜਾ ਮਹਿਮਾਨ ਸੀ ਨਾ, ਉਹਨੇ ਜੁੱਤੀ ਫੜੀ ਤੇ ਨਿਕਲਣ ਦੀ ਕੀਤੀ, ਨਾਸ਼ਤਾ ਵੀ ਭੁੱਲ ਗਿਆ। ਮੌਲੀ ਸਾਹਿਬ ਨੇ ਉਰਾ ਆ ਮਸਲਾ ਤੇ ਪੁੱਛਿਆ, ਉਹਨੇ ਕਿਹਾ ਜੀ ਮਸਲਾ ਤੁਹਾਡੀ ਬੁੱਢੀ ਨੇ ਰਾਤ ਦਾ ਹੱਲ ਕਰ ਛੱਡਿਆ। ਵੀ ਛੋਟੇ ਦੇ ਘਰ ਦੀ ਮਾਲਕ ਹੈ ਇੱਕ ਬੀਬੀ, ਉਹਨੂੰ ਆਪਣੇ ਘਰ 'ਚ ਸ਼ਰੀਕ ਵਾਰਾ ਨਹੀਂ ਖਾਂਦਾ, ਤੇ ਜਿਹੜਾ ਪੂਰੀ ਕਾਇਨਾਤ ਦਾ ਮਾਲਕ ਹੈ ਉਹਨੂੰ ਸ਼ਰੀਕ ਕਿਵੇਂ ਵਾਰਾ ਖਾਏ? ਜਿਹੜਾ ਪੂਰੀ ਦੁਨੀਆ ਦਾ ਮਾਲਕ। ਮੈਂ ਅਗਲੇ ਦਿਨ ਕੁਰਾਨ ਪੜ੍ਹ ਰਿਹਾ ਸੀ, ਮੈਨੂੰ ਐਤ ਨਹੀਂ ਯਾਦ, ਮੈਂ ਬੜੀ ਯਾਦ ਕਰਨਾ ਪਿਆ, ਕਿਤੇ ਆ ਜਾਏ ਅੱਲਾ ਕਰੇ। ਉਸ ਐਤ ਦਾ ਤਰਜਮਾ ਇਹ ਸੀ ਕਿ ਤੁਸੀਂ ਦੁਨੀਆ ਦੇ ਆਰਜ਼ੀ ਵਾਰਸ ਹੋ। ਇਹ ਮਕਾਨ ਮੇਰਾ, ਦੁਕਾਨਾਂ ਮੇਰੀਆਂ ਨੇ, ਮਾਰਕੀਟ ਮੇਰੀ ਹੈ, ਜ਼ਮੀਨ ਮੇਰੀ ਹੈ, ਆਰਜ਼ੀ ਵਾਰਸ। ਜਦੋਂ ਇੰਤਕਾਲ ਹੋਣਾ ਤੇ ਇੰਤਕਾਲ ਦੂਜੇ ਦੇ ਨਾਵੇਂ ਚੜ ਜਾਣਾ, ਇਸ ਤਰ੍ਹਾਂ ਹੀ ਹੈ ਨਾ? ਤੁਸੀਂ ਫਿਰ ਆਰਜ਼ੀ ਵਾਰਸ। ਹੁਣ ਤੁਹਾਡਾ ਕੋਈ ਖਾਦਮ ਨੌਕਰ ਕਹਿ ਕੇ ਮੈਂ ਵੀ ਤੇਰੇ ਪਲਾਟ ਦਾ ਵਾਰਸ ਹਾਂ, ਵਾਰਸ ਬਣਨ ਦਿੰਦੇ ਹੋ? ਤੂੰ ਆਰਜ਼ੀ ਵਾਰਸ ਹੈ, ਤੈਨੂੰ ਸ਼ਰੀਕ ਵਾਰਾ ਨਹੀਂ ਖਾਂਦਾ, ਤੇ ਰੱਬ ਆਂਦੇ ਨੇ ਮੈਂ ਪੂਰੀ ਦੁਨੀਆ ਦਾ ਹਕੀਕੀ ਵਾਰਸ ਆ, ਮੈਨੂੰ ਸ਼ਰੀਕ ਕਿਵੇਂ ਵਾਰਾ ਕਰ? ਉਹ ਹਕੀਕੀ ਵਾਰਸ ਕੌਣ ਹੈ? ਫਰਮਾਇਆ ਕੁਲ ਹੋ ਵੱਲਾਹੁ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਲ ਲਹੁ ਕੁਫੁਵਨ ਅਹਦ। ਐ ਮੇਰੇ ਪਿਆਰੇ ਮਹਿਬੂਬ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਾਲੀ ਵਸੱਲਮ, ਸੋਹਣਿਆ ਐਲਾਨ ਕਰ ਦਿਓ, ਕਹਿ ਦਿਓ ਕੁਲ ਹੋ ਵੱਲਾਹੁ ਅਹਦ, ਸੋਹਣਿਆ ਕਹਿ ਦਿਓ ਅੱਲਾ ਕੱਲਾ। ਇਹ ਕੁਰਾਨ ਦੀ ਵਾਹਦ ਸੂਰਤ ਏ, ਜਿਹਦੀ ਇਬਤਦਾ ਵੀ ਅਹਦ ਤੇ ਇੰਤਹਾ ਵੀ ਅਹਦ। ਰੱਬ ਨੇ ਇਸ ਸੂਰਤ ਨੂੰ ਸ਼ੁਰੂ ਕੀਤਾ ਅਹਦ ਤੋਂ ਤੇ ਅਹਦ ਤੇ ਖਤਮ ਕੀਤਾ। ਔਰ ਅਰਬੀ ਗ੍ਰੈਮਰ ਦੇ ਅੰਦਰ ਕਾਰੀ ਸਾਹਿਬ, ਅਰਬੀ ਗ੍ਰੈਮਰ ਦੀ ਮੈਂ ਗੱਲ ਲਗਾ ਲਾ। ਦੁਨੀਆ 'ਚ ਇੱਕੋ ਹੀ ਲਫ਼ਜ਼ ਅੱਲਾ ਜਿਹਦੀ ਤਸਨੀਆ ਜਮਾ ਨੇ, ਬਾਕੀ ਦੁਨੀਆ ਦੇ ਹਰ ਲਫ਼ਜ਼ ਦੀ ਤਸਨੀਆ ਜਮਾ ਹੈ। ਇਲਾਹ ਵੀ ਹੈ, ਇਲਾਹ ਹੀ, ਲੇਕਿਨ ਹਕੀਕੀ ਨਾਮ ਕਿਹੜਾ ਹੈ ਅੱਲਾ ਦਾ? ਉਹ ਅੱਲਾ ਦਾ ਜ਼ਾਤੀ ਨਾਮ ਅੱਲਾ। ਲਫ਼ਜ਼ ਅੱਲਾ ਦੀ ਨਾ ਤਸਨੀਆ ਤੇ ਨਾ ਜਮਾ। ਹੁਣ ਜਿਹਦੇ ਨਾਮ ਦੀ ਤਸਨੀਆ ਜਮਾ ਨਹੀਂ, ਉਹ ਜ਼ਾਲਮੋ ਦੀ ਜ਼ਾਤ ਦੀ ਤਸਨੀਆ ਜਮਾ ਕਿਉਂ ਬਣਾਉਂਦੇ ਹੋ?
قرآن نے کیا ہے اللہ ہو احد اللہ کل ہے اچھی بولو اللہ اللہ کل ہے خدا دی قسمے دے جی مزا بڑا ہے اللہ کل ہے شروع تو کل ہے ابد تک کل ہے قیامت نو ستے زمینہ ستے آسمان اپنی انگل تے روئی دی طرح لپیٹ کے 40 سال تک کہے گا لمن الملک الیوم اور دسو اج بادشاہی کی دیئے پھر خود ہی کہے گا للہ الواحد القہار اس اکیلے حکمران دی حکمرانی ہے قل ہو اللہ احد سونیا کہہ دیو اللہ کلہ ہے اللہ الصمد اللہ بے نیاز ہے پتراں تو بے نیاز تیاں تو بے نیاز بیوی تو بے نیاز سہرے سالیاں تو بے نیاز داد کے نانکیاں تو بے نیاز اگے آئیے کنبے قبیلے برادری تو بے نیاز پہن پائیاں تو بے نیاز اللہ الصمد اللہ کھان تو بے نیاز پین تو بے نیاز سون تو بے نیاز مرن تو بے نیاز میرا رب کسے کو منگن تو بھی بے نیاز وہ منگدا نہیں پوری کائنات اودے کولو منگ دیئے سمدونو آن دینے وہ کسے دا محتاج نہیں پوری کائنات او دی محتاج اللہ سمد سمد دینا محدثین نے میں اگلے دن وینا پہ 5 معنی لکھے نے لفظ سمد دے سمدونو آن دینے جدی بادشاہی نو زوال کوئی نہیں وہ کسے کو نو کسے نو نوٹ دے کے ووٹ لے کے تاندلی کر کے بادشاہ نہیں بنے نہیں دے رہا ہوتا اندلی کر گیا جے او انہیں ووٹ چوری کر گیا نا نا پھر او دی بادشاہی نو زوال بھی کوئی نہیں قل اللہم مالک الملک تو تل ملک من تشاؤ و تنزی الملک من من تشاؤ و تو عز من تشاؤ و تو ذل من تشاؤ بیدک الخیر انکا علیہ کل شیئن قدیر پوری کائنات دے بادشاہاں دا بادشاہ کونے جنو چاہے بادشاہی دے چھڑے جدے کو چاہے اے او دیاں مرضیاں نے کدی نواز شریف ہری اندر کدی عمران خان اندر اے او دیاں مرضیاں نے کسے دی مرضی نہیں او کتے چہرے چوچو کر دینے کتے رنگی رہن دے اڈے نے کتے پیری ویچ جوان دیسن کتے ویچ جوانی بڈے نے کتے ٹانگیاں جوگے پیسے نہیں کتے چاڑ جہازی اڈے نے کتے حکم جلان دے پھر دے نے کتے کھان دے پھر دے ٹھڑے نے کتے اگلے ڈنگ لئی جوڑ دی نہیں کتے دین دے پھر دے چھٹے نے وا مولا توں اپنیاں قدرتان دے کیا سونے نقشے کٹے نے ہے ایک کوئی وال انگوران دی کچھ مٹھے نے کچھ کھٹے نے ہاتھ لایا میلے ہندے کئی توے تو ہندے کالے نے کئی مارے ہوئے نصیبان دے کئی بہتے ہی کرماں والے نے کتے لسی پیننو مل دی نہیں کتے ددی کتے پالے نے کتے سونائی سونا سونائے کتے کنا ویچنا والے نے کتے آنگ پرانے لالے نے کتے لانوے ستے نے ہے ایک کوئی وال انگوران دی کچھ مٹھے نے کچھ کھٹے نے ایک باپ کے دو بے ایک پر آج رہا وزیر آزم دجا فقیر آزم ایک دے کرو روٹی لب دی نہیں دجا نو پتہ ہی نہیں بکڑی بھی ایک نشان دی یہ کنیا مرضیاں نے ایک باپ کے دو بیٹے قسمت جدا جدا ہے ایک سر پہ تاج پہنے ایک در بدر گدا ہے ایک سیم کے دو موتی ایک ہی شکم سے جائے ایک پیس گیا کھرل میں ایک تاج میں جڑا ہے
एक फूल की दो पत्तियां एक ही जगह से कटियां, एक नाजनी के गले में एक का दवा बना है, एक शाख की दो टहनी एक ही जगह से काटी, एक आग के हवाले एक का असा बना है, एक थान के दो कपड़े एक ही जगह से फाड़े, एक नाजनी के सर पर एक का कफन बना है, एक आग के दो कतरे एक ही जगह से उतरे, एक बाईसे जहन्नम एक का अजर बका है। ओ किनिया मर्जियां ने बोलो, अल्लाह दिया ने अल्लाह कौन है? अल्लाह समद, अल्लाह मनु कुरान दा एक और मुकाम याद आया, समद किनू आंदे ने? बदी उस समावाती वल अरद अन्ना यकूनु लहू वलदुम वलम तकुल लहू स्वाहिबा وخلق كل شيء وهو بكل شيء عليم اللہ زمین آسماناں نوں پیدا کرن والا کون ہے اللہ تے اللہ کون ہے انا یکون له ولد اللہ او اے جدی اولاد جیڑا اولاد دا محتاج ہوئے مشکل کشا जेड़ा बीवी का मोहताज होए मुश्किल कुशा, जरा उची बोलो की होया जे डरदे, जेड़ा कुनबे कबीले खानदान आल औलाद का मोहताज होए मुश्किल कुशा, नहीं हुंदा किते बच्चा बीमार हो गया अपनी मुश्किल च फस गया है, बीवी बीमार है उन्हें अस्पताल च लई फिरदा है, मुश्किल आले पीछे पीछे साडी मुश्किल भी हल करवांदा मेरी ते होले पहलू है, जेड़ा मोहताज होए वो मुश्किल कुशा नहीं हुंदा। आइए जरा गौर कीजिए, फरमाया उदा बेटा भी नहीं ते वलम तकुल्ला हु स्वाहिबा उदी बीवी भी नहीं, ओ बीवियां तो पाके आल औलाद तो पाके, वा खाला का कुल्ला शयन हर चीज नु पैदा करन वाला है, वा हुवा भी कुल्ली शयन अलीम हर चीज नु जानन वाला है, लाहौरियो जेड़ा खाली के ओ मखलूक नहीं, जेड़ा आबी दे ओ माबूद नहीं, जेड़ा साजी दे ओ मसजूद नहीं, जेड़ा फानी है ओ मौजूद नहीं, जेड़ा दाता है ओदी कबर नहीं ते जिदी कबर है ओ दाता नहीं, ओ दाता हाँ दाता दा माना होंदा देण वाला, देण वाला किथे वे जिन्हां दा उत्ते वो ही बोले आए, देण वाला किथे वे देण वाला उत्ते लैण वाले ते कईआं ने देण वाला थल्ले लम्मा पाया लैण वाले उत्ते जड़े ने बोलदे ने इनू दाता नहीं आंदे। आइए कुरान दा एक और मुकाम, अल्लज़ी लहू मुल्कु समावाती वल अर्द वलम यत्तखिज वलदा वलम यकुल लहू शरीकुन फिल मुल्क, फरमाया वखलक कुल शयइन फकद्दरहू तकदीरा। एक और मुकाम, अल्हम्दुलिल्लाहिल्लज़ी लम यत्तखिज़ वलदा वलम यकुल लहू शरीकुन फिल मुल्क वलम यकुल लहू वलीयुम मिनज़्ज़ुल्लि वकब्बिरहू तकबीरा। और रब रब होइए जिदी औलाद नहीं, जिहड़ा दुनिया के हर रिश्ते कुनबे कबीले तो पा के, अल्लाह सवाल करते ने तू सारे रिश्तिया तो ही पा के, फरमाया हां अल्लाह क्यों, फरमाया लामी अले दो लामी यूलद ना मैं किसे विचों पैदा होया ना कोई, हजरत ईसा नु मेरा पुत्र कहण वाले ओ लामी अले दो, उज़ैर नु मेरा बेटा कहने वाले यहूदी ओ लामी अले दो, ते नबी नु कहन वाले ओ नबी नूर मिन नूर इल्ला लामी अलिद, बोलो 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 लामी अलिद वा लामी यूलद आउंदी जे ना कुल हो अल्लाह आउंदी, हां
लामी आले दो आलामी यूलाद ना कोई मेरे विचो पैदा होया ना मैं किसे विचो जमिया वालामिया कुल्लाहू कुफुवन आहद कोई नबी कोई वली कोई पीर कोई गद्दी नशीर कोई साहबजादा पीर जादा कोई अली कोई वली मेरा कोई भी हम पल्ला नहीं मैं कल्लाइया अपनी वड़ियाई करें इन्नी अनल्ला आख के तवज्जो ऐसा रे नहीं इधर मेरे वेखो अपनी वड़ियाई करें इन्नी अनल्ला आख के दे तसल्ली मोमिनानू नसरु मिनल्ला आख के ना उम्मीद आसियां नू फिर दे दीती उम्मीद अपने फजली इलम तेरा तू आपे सिफ्ता कीतिया इब्तदा कुरान थी अल्हम्दुलिल्लाह आख के इल्मा वाले करन खाहिश कुछ होर भी पढ़ लईए कीता पाबंद सब नू तू इत्ता कुल्ला आख के आसियां दे वास्ते बुआ करम दा खोलिया फिर आपे आवाजा मारियां तू बू इल्ला आख के माल सारे दा मालिक तू ऐ माला वाले भी तेरे करना है अजमैश तू वकरी सुल्ला आख के नहीं गुजारा शमशान दा तौहीद मनन बगैर तू सारे पासे घेर ले कुल हो वल्ला आख के कुल हो वल्लाहु अहद अल्लाहु समद लम यलिद व लम यूलद कौने कुल हो वल्ला अल्लाह कल्ले अल्लाह कौने अल्लाहु लजी जाल लकुमुल अर्ज करारं व समा बिनाउं व सवरकुम فأحسن صوركم ورزقكم من الطيبات ذلكم الله ربكم فتبارك الله رب العالمين الله کون ہے جن نے آسمان دا لینٹر پایا वेखो ना साड़ी मसीत एक दो ते तीन बीन पे इहदी चुड़ाई ते लंबाई दा पता है इंजीनियर पे इन्नी चुड़ाई है इन्नी लंबाई इहदे उत्ते भी दो तीन मंजिला बनिया होनी असीं उहनूं उत्ते मंजिला बनाए तगड़े बीन पाने वे उहदे उत्ते भी बनने अल्लाह ने मेरा सत मंजिला लैंडर है मैं ते कोई बीन नहीं पाया वो बोलदे नहीं उन्हें तो दीवार भी को नहीं बनाई थले ना उन्हें जमाल कमाल वाले का गार्डन पाया बोल ना गुटीयर पाया अल्लाह फिर उदी लेंटर दी लंबाई ते चुड़ाई दा भी किसे नहीं पता असी या सीलिंग कराने या थले वेच निके निके बल्ब लाने या डिजाइन पुआने या बालने या मौली साहब पहले लग गए पर कमाल हो गई उतो आवाज आउंदी है नेरी को परात होए मकान की छत से लम्मा पे आए कभी मेरी सीलिंग वाली भी देखा क्या ओदी सीलिंग वाली भी देखा करना कि सौ वार का बल्ब कि हजार वार का बल्ब चन्न जेड़ा ना जमीन की गुलाई के बराबर है ते चन्न नालों 166 गुना बड़ा सूरज है सूरज नालों बड़े बड़े सियारे भी है ने ओदी कहकशां दे अंदर लेकिन वेखो आसमान ते एक दुनिया चन्न की रोशनी का बिल नहीं आता इतने एक बल्ब बालो ना हूं 10,000 तो वैसे ही भेज छड़ दे बिजली जिनी महंगी हो रही है बड़े बड़े अवेंद नहीं गर्मिया के बड़े बड़े लोगों ने खुदकुशियां की बिल की वजह अल्लाह इस मुल्क का अल्लाह ही आफत है अल्लाह इस मुल्क के हाल से रहम फरमा सियासी लीडर अपन लड़ाइया लड़ लड़ के मर चले ने कौम का बेड़ा गर्क कर छड़ लगे मुल्क कर भी छड़ बहरहाल अल्लाह इस मुल्क को अच्छा हुक्मरान दे बस यही दुआ है तो मैं बात करना चाहना इत्थे एक बल्ब बालो बिल रब ने मेरे रात भी बल्ब बलदे ने दिने भी हवा चलदी है बारिश पाना पर बिल नहीं लैंदा अगर तेनू बिल देन दा चाहे
پانچ ٹائم آ کے وضو کر کے اپنی پیشانی میرے قدماں وچ رکھ دے بل میں رب خود ہی ادا کر لواں گا. اللہ اللہ کیویں تاریاں دے اللہ نے نگینے جڑے نے ویکھ تے صحیح کیویں آسمان کھڑے نے تھما تھما نہ کوئی دیتے تھلے پول نے سارے اختیار میرے اللہ کول نے تیاں دے وے پوت دے وے اس دی رضا کچھ بھی نہ دے وے اونوں کون پوچھے گا پاویں لکھ ہنجواں دے موتی رول نے سارے اختیار میرے اللہ کول نے ایویں نہ کیا کر للہ ککڑ دے دے اے ککڑاں دے پتر مل دے سارے پولٹری فارم والے لائے تے جے بابیاں دے ہاتھ واسطے تہاڈے علاقے دے بابیاں دے ہاتھ واسطے پتر تیاں دے بھابیاں لے نہ کانی کڑی وی نہیں جمن دے ساڈے کلے ہی کاری یعقوب دے تری بال نے میں 28 آ نہ اگلے دن ملے اسلام آباد دے روایت ٹھیک کروں 3 نے اے کون دین والا ہے بولو اللہ.